ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਬੀਤੇ ਦਿਨੀ ਲੁਧਿਆਣਾ ਦੇ ਵਿੱਚ ਇੱਕ ਅਜਿਹਾ ਦਿਲ ਤਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਸੀ ਜਿਸ ਨੇ ਇਨਸਾਨੀਅਤ ਹੀ ਸ਼ਰਮਸਾਰ ਕਰ ਦਿੱਤੀ ਸੀ, ਜਿੱਥੇ 10 ਦਰਿੰਦਿਆਂ ਨੇ ਇੱਕ ਕੁੜੀ ਦੀ ਆਬਰੂ ਨੂੰ ਹੱਥ ਪਾਇਆ ਸੀ, ਉਸਦੀ ਆਬਰੂ ਤਾਰ ਤਾਰ ਕੀਤੀ ਸੀ। ਅਤੇ ਉਸ ਤੋਂ ਬਾਅਦ ਦੂਸਰਾ ਮਾਮਲਾ ਸਾਹਮਣੇ ਆਇਆ ਸ੍ਰੀ ਮੁਕਤਸਰ ਸਾਹਿਬ ਤੋਂ, ਜਿੱਥੇ ਉਸਦੇ ਹੀ ਰਿਸ਼ਤੇਦਾਰਾਂ ਨੇ ਕੁੜੀ ਨੂੰ 1 ਮਹੀਨੇ ਤੱਕ ਅਗਵਾ ਕਰਕੇ ਕਿਤੇ ਹੋਰ ਵਿਆਹ ਕਰਕੇ ਭੇਜ ਦਿੱਤਾ। ਪਰ ਹੁਣ ਜਿਹੜਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਉਹ ਤੁਹਾਨੂੰ ਬਿਲਕੁਲ ਹੀ ਤੋੜ ਦੇਵੇਗਾ। ਪਰ ਪਤੀ ਦੇ ਅੰਦਰ ਦੂਸਰੇ ਵਿਆਹ ਦੀ ਲਾਲਸਾ ਜਾਗੀ ਅਤੇ ਉਸਨੇ ਆਪਣੀ ਪਤਨੀ ਨੂੰ ਤਸੀਹੇ ਦੇਣਾ ਸ਼ੁਰੂ ਕਰ ਦਿੱਤਾ। ਇਸ ਬੀਬਾ ਨੇ 2-3 ਮਹੀਨੇ ਪਹਿਲਾਂ ਹੀ ਅੰਮ੍ਰਿਤ ਦੀ ਦਾਤ ਲਈ ਸੀ ਤੇ ਇਸਦਾ ਅੰਮ੍ਰਿਤ ਵੀ ਖੰਡਿਤ ਕਰਨ ਦੀ ਬਾਰ ਬਾਰ ਇਸਦੇ ਪਤੀ ਵੱਲੋਂ ਕੋਸ਼ਿਸ਼ ਕੀਤੀ ਗਈ। ਉਸਨੂੰ ਕੁੱਟਿਆ ਗਿਆ, ਮਾਰਿਆ ਗਿਆ, ਉਸਦੇ ਮੂੰਹ 'ਚ ਸ਼ਰਾਬ ਤੱਕ ਪਾਈ ਗਈ, ਪਰ ਫਿਰ ਵੀ ਇਹ ਧੀ ਤਸੀਹੇ ਸਹਿ ਕੇ ਆਪਣਾ ਫਰਜ਼ ਨਿਭਾਉਂਦੀ ਰਹੀ। ਪਰ ਅੱਤ ਤਾਂ ਉਦੋਂ ਹੋ ਗਈ ਜਦ ਇਸਦੇ ਪਤੀ ਨੇ ਇਸਨੂੰ ਕੁੱਟ ਕੇ ਇਸਦੇ ਮੂੰਹ ਦੇ ਵਿੱਚ ਸਲਫਾਸ ਪਾ ਕੇ ਇਸਨੂੰ ਮਰਨ ਵਾਸਤੇ ਛੱਡ ਦਿੱਤਾ। ਆਓ ਤੁਹਾਨੂੰ ਸੁਣਾਉਂਦੇ ਹਾਂ ਪੀੜਿਤ ਲੜਕੀ ਕਵਲਜੀਤ ਕੌਰ ਦੀ ਮਾਂ ਦੀ ਜ਼ੁਬਾਨੀ ਕਿ ਕਿੱਦਾਂ ਮਾਂ ਦੇ ਕਲੇਜੇ ਤੋਂ ਤਾਹਾਂ ਨਿਕਲਦੀਆਂ ਨੇ ਆਪਣੀ ਧੀ ਵਾਸਤੇ। ਨਾ ਲਿਆ, ਮੈਂ ਕਿਹਾ ਕਵਲ ਕਿੱਥੇ ਆ? ਕਹਿੰਦੇ ਕਵਲ ਉੱਪਰ ਵਾ, ਹਸਣ ਖੇਡਣ ਡਏ ਆ। ਜਦੋਂ ਮੈਂ ਉੱਪਰ ਗਈ ਹਾਂ ਤਾਂ ਉਹਨੇ ਢਾਈ ਆ ਕਵਲ ਬੈੱਡ ਦੇ ਉੱਤੇ, ਮੇਰੇ ਜਾਂਦਿਆਂ ਤੋਂ ਢਾਈ ਹੁੰਦੇ। ਜਦੋਂ ਉਹਨੇ ਢਾਈ ਆ ਤੇ ਹਾਂ ਸਿਰ ਤੇ ਉਹਨੇ ਮਾਰੀਆਂ ਮੁੱਕੀਆਂ, ਸਿਰ ਚ ਮਾਰੀਆਂ, ਉਂਗਲਾਂ ਮਰੋੜੀਆਂ, ਬਾਹਾਂ ਮਰੋੜ ਮਰੋੜ ਲੱਕ ਨੂੰ ਲਾਈਆਂ, ਲੱਕ ਦੇ ਮਣਕਿਆਂ ਨੂੰ ਪੀੜ ਮਹਿਸੂਸ ਕਰਦੀ ਆ, ਗਿੱਟੇ ਤੇ ਵੀ ਰਗੜਾਂ ਲੱਗੀਆਂ ਵਾ, ਮਤਲਬ ਤੂੰ ਹੀ ਫਿਰਦਾ ਰਿਹਾ। 2 ਵਾਰੀ ਟੋਰਚਰ ਕੀਤਾ ਉੱਥੇ ਮੇਰੀ ਭਤੀਜੀ ਦਾ, ਮੈਨੂੰ ਇਸ ਗੱਲ ਦਾ ਸਾਨੂੰ ਵੀ ਨੀ ਪਤਾ ਲੱਗਾ ਵੀ ਕਾਰਨ ਹੈ ਕੀ ਆ। ਬੇਟੀ ਨੇ ਅੰਮ੍ਰਿਤ ਛਕ ਲਿਆ 2-3 ਮਹੀਨੇ ਤੋਂ, ਉਹਦੇ ਨਾਲ ਕੁੱਟਮਾਟ ਕਰਦਾ ਸੀ, ਗਾਤਰਾ ਲਾਉਂਦਾ ਸੀ, ਸ਼ਰਾਬ ਮੂੰਹ ਤੇ ਪਾਉਂਦਾ ਸੀ ਸ਼ਰਾਬ। ਇਹ ਰਹਿੰਦੀ ਇੱਥੇ, ਇੱਕੇ ਘਰ ਚ ਰਹਿੰਦੀਆਂ ਸੀ। ਮੇਰੀ ਬੇਟੀ ਨੂੰ ਔਰ ਮੈਨੂੰ ਇਨਸਾਫ ਚਾਹੀਦਾ, ਇਸ ਤਰ੍ਹਾਂ ਮੇਰੀ ਬੇਟੀ ਦੀ ਕੁੱਟਮਾਰ ਕੀਤੀ ਆ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀ। ਮੇਰੇ ਵਰਗੀਆਂ ਕਈ ਮਾਵਾਂ ਰੋਂਦੀਆਂ ਹੋਣਗੀਆਂ। ਇਹ 12 ਸਾਲ ਤੋਂ ਇਹੀ ਕੁਛ ਚੱਲਦਾ, ਫੜ ਕੇ ਘੋਲ ਕੇ ਸਲਵਾਸ ਦੀ ਗੋਲੀ ਉਹ ਨਿਕਲੀ ਆ ਜਦੋਂ ਇਹਨਾਂ ਨੇ ਇੱਥੇ ਡਾਕਟਰਾਂ ਨੇ ਕੱਢੀ ਆ, ਤੇ ਉਦੋਂ ਘੋੜ ਕੇ ਇਹਨੇ ਸੁੱਟ ਦਿੱਤੀ ਉਹਦੇ ਅੰਦਰ, ਤੇ ਜਦੋਂ ਅੰਦਰ ਸੁੱਟ ਦਿੱਤੀ ਆ ਤੇ ਮੈਂ ਉੱਚੀ ਜਿਹੀ ਰੋਣ ਲੱਗ ਪਈ, ਹਾਏ ਮੇਰੀ ਧੀ ਨੂੰ ਕੀ ਕਰਤਾ ਜੇ, ਹਾਏ ਮੇਰੀ ਧੀ ਨੂੰ ਕੀ ਕਰਤਾ, ਜਿਹੜੀ ਨਣਾ ਨਾ ਮੈਨੂੰ ਆਦੀ ਪਰਾਂ ਹਟ, ਕੁਛ ਨਹੀਂ ਹੋਇਆ ਤੇਰੀ ਧੀ ਨੂੰ ਜਾਣ ਕੇ ਰੋਨੀ ਆ। ਤੇ ਫਿਰ ਉਹ ਇੰਨੇ ਮੁੰਡੇ ਨੇ ਕੁੜੀ ਨੂੰ ਬੈੱਡ ਤੇ ਸੁੱਟ ਕੇ ਸਟੋਰ ਤੇ ਕਰਕੇ ਉਹਦਾ ਗਲ ਘੁੱਟਿਆ ਵਾ, ਤੇ ਨਣਾਨ ਨੇ ਜੱਗ ਪਾਣੀ ਦਾ ਪਾ, ਕਹਿੰਦਾ ਵੀ ਜਿਹੜੀ ਗੁਰਲੀਨ ਵਾ ਨਾ ਜਾਂ ਤੂੰ ਰਵੇਗੀ ਤੇ ਜਾਂ ਉਹ ਇਸ ਘਰ ਚ ਰਹੂਗੀ, ਤੁਸੀਂ ਨਹੀਂ ਰਹਿਣਾ। ਬਸ ਇਹਦੀ ਭਰਜਾਈ ਦੂਸਰਾ ਵਿਆਹ ਕਰਾਉਣਾ ਚਾਹੁੰਦਾ, ਕਹਿੰਦਾ ਤੂੰ ਕੋਈ ਬੁੱਢੀ ਥੋੜੀ, ਤੇਰੇ ਵਰਗੀਆਂ ਤੇ ਬੁੱਢੀਆਂ 50 ਫਿਰਦੀਆਂ, ਮੈਂ ਤੇ ਤੇਰੇ ਨਾਲ ਫੈਸਲਾ ਕਰ। ਗੁਰਪਿਆਰਿਓ, ਇਸ ਘਟਨਾਕ੍ਰਮ ਦਾ ਜਿੱਦਾਂ ਹੀ ਪਤਾ ਸਿੱਖ ਜਥੇਬੰਦੀਆਂ ਨੂੰ ਲੱਗਿਆ ਤਾਂ ਸਿੱਖ ਜਥੇਬੰਦੀਆਂ ਵੀ ਸਾਰ ਲੈਣ ਵਾਸਤੇ ਪਹੁੰਚੀਆਂ ਇਸ ਪੀੜਤ ਕੁੜੀ ਦੀ, ਅਤੇ ਉਹਨਾਂ ਜਥੇਬੰਦੀਆਂ ਨੇ ਕੀ ਕਿਹਾ ਤੁਸੀਂ ਆਪ ਸੁਣ ਲਵੋ। ਯਾਰੀ ਕੁੜੀ ਦੇ ਨਾਲ ਬਹੁਤ ਜ਼ਿਆਦਾ ਤਸ਼ੱਦਦ ਹੋ ਰਿਹਾ ਵਾ ਜੀ, 12 ਸਾਲ ਤੋਂ ਕੁੜੀ ਦੇ ਨਾਲ ਹੋਇਆ ਵਾ, ਤੇ ਅੱਜ ਕੱਲ ਮੈਨੂੰ ਸਾਨੂੰ ਮਿਲੀ ਹੈ ਜੀ ਕਿ ਕੁੜੀ ਦੇ ਨਾਲ ਬਹੁਤ ਜ਼ਿਆਦਾ ਜਾਨੋਂ ਮਾਰਨ ਦੀ ਮਤਲਬ ਉਹਨੂੰ ਕੋਸ਼ਿਸ਼ ਕੀਤੀ ਗਈ ਹੈ, ਕੁੜੀ ਨੂੰ ਦਵਾਈ ਦਿੱਤੀ ਗਈ ਆ, ਪੋਇਜ਼ਨ ਦਿੱਤੀ ਗਈ ਆ, ਉਹਦੀ ਮਤਲਬ ਫੂਡ ਪਾਈਪ ਜਿਹੜੀ ਆ ਉਹ ਡੈਮੇਜ ਹੋ ਗਈ ਆ, ਆਪਣਾ ਜੋ ਗੋਡੇ ਗਿੱਟੇ ਵਗੈਰੇ ਉਹ ਵੀ ਤੋੜੇ ਗਏ ਆ, ਮਤਲਬ ਕਾਫੀ ਜ਼ਿਆਦਾ ਕੁੜੀ ਦੇ ਨਾਲ ਕੀਤਾ ਗਿਆ ਜੀ ਸਰ। ਕੁੜੀ ਅੰਮ੍ਰਿਤਧਾਰੀ ਜੀ, ਉਹਦੇ ਕੁਕਾਰ ਜਿਹੜੇ ਆ ਉਹ ਵੀ ਲਵਾ ਕੇ ਤੋੜ ਬੇਦ ਵੀ ਕੀਤੀ ਗਈ ਆ, ਕੁਕਾਰ ਸੁੱਟੇ ਗਏ ਆ, ਕਹਿੰਦਾ ਨਹੀਂ ਪਾਉਣਾ ਇੱਦਾਂ ਉੱਦਾਂ, ਮਤਲਬ ਕਾਫੀ ਜ਼ਿਆਦਾ ਉਹਦੇ ਨਾਲ ਮਤਲਬ ਸ਼ਰਾਬ ਉਹਦੇ ਮੂੰਹ 'ਚ ਪਿਆਈ ਦਿੱਤੀ ਗਈ ਹੈ, ਤੇ ਮਤਲਬ ਮੀਟ ਜਿਹੜਾ ਵਾ ਉਹ ਵੀ ਉਹਨੂੰ ਜ਼ਬਰਦਸਤੀ ਬੰਨ ਕੇ ਖਵਾਇਆ ਗਿਆ, ਉਹਦੇ ਮੂੰਹ 'ਚ ਪਾਇਆ ਗਿਆ। ਗੁਰਪਿਆਰਿਓ, ਅਜਿਹੀਆਂ ਘਟੀਆਂ ਕਰਤੂਤਾਂ ਨੂੰ ਅੰਜਾਮ ਦੇਣ ਵਾਲਾ ਸ਼ਖਸ ਕੋਈ ਵੀ ਹੋਵੇ ਉਸਨੂੰ ਅਸੀਂ ਬਖਸ਼ ਨਹੀਂ ਸਕਦੇ, ਇਸ ਲਈ ਪੁਲਿਸ ਅਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਜੋ ਇੱਦਾਂ ਦੀ ਡੋਮੈਸਟਿਕ ਵਾਇਲੈਂਸ ਘਰੇ ਕਰਦਾ ਹੋਵੇ, ਇਸ ਤਰੀਕੇ ਦੇ ਨਾਲ ਔਰਤਾਂ ਦੇ ਉੱਤੇ ਤਸ਼ੱਦਦ ਕਰਦਾ ਹੋਵੇ, ਵੱਡੇ ਛੋਟੇ ਦਾ ਲਿਹਾਜ਼ ਨਾ ਕਰਦਾ ਹੋਵੇ, ਉਸਦੇ ਉੱਤੇ ਕੜੀ ਤੋਂ ਕੜੀ ਕਾਰਵਾਈ ਕਰਨੀ ਚਾਹੀਦੀ ਹੈ, ਤੇ ਇਸਦੇ ਉੱਤੇ ਦਫ਼ਾ 307 ਦਾ ਮੁਕੱਦਮਾ ਦਰਜ ਕਰ ਅਜਿਹੀ ਕਾਰਵਾਈ ਕਰਨੀ ਚਾਹੀਦੀ ਹੈ ਕਿ ਕੋਈ ਵੀ ਦਰਿੰਦਾ ਆਪਣੇ ਪਰਿਵਾਰ ਦੇ ਵਿੱਚ
ਕਦੇ ਅਜਿਹੀ ਤਸ਼ੱਦਦ ਕਰਨ ਦੀ ਸੋਚ ਨਾ ਸਕੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।